ਸਿਕਾਲ ਕਿਸਾਨ ਭਰਾਓ ਅੱਜ ਤੁਹਾਨੂੰ ਇਹੋ ਜੀ ਜਗ੍ਹਾ ਤੇ ਲੈ ਕੇ ਆਏ ਆ ਆਪਾਂ ਜਿਹੜੇ ਬੰਦੇ ਦਾ ਨੰਬਰ ਕਿਸੇ ਕੋ ਬਹੁਤ ਘੱਟ ਹੈ ਪਰ ਆਪਾਂ ਲੱਭ ਲਿਆ ਹੈ ਬੰਦੇ ਨੂੰ ਤੇ ਬੰਦੇ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਜੇ ਇਹ YouTube ਦੇ ਵਿੱਚ ਵੀ ਬੜਾ ਫੇਮਸ ਆ ਤੇ ਇੱਕ ਟ੍ਰੈਕਟਰ ਦੇ ਉੱਤੇ ਪਾਵਰ ਵਧਾਉਣ ਵਾਸਤੇ ਟਰਬੋ ਲਾਉਂਦਾ ਹੈ ਤੇ ट्रैक्टर लगभग एर को 40-50 गोदाम से खड़े रेंदे आ मेरे भरा बड़ा वेख्या होगा कि ब्रदर जौंडियर भाजी ने तैयार किया होना पंप पंप की सैटिंग की है तो आप भी एर को सैटिंग करा के जो दिल्ली जाते रहे आप इन्हों को ट्रैक्टर सैटिंग करा के खड़ते हैं टर्बो वगैरह या दूसरा दूजा तेल की एवरेज बहुत आती रही थी जौंडियर ट्रैक्टर की खास करके तो आओ अज तुहानू बंदे ना मिलाउंदे आ जिहड़ा ट्रैक्टर नाल काम करदा यूट्यूब ते इहनां दा ही आईडिया जग्गा ट्रैक्टर बॉस ते अपना भरा बिजी बड़ा हुंदा पर देख लैंदे मिलके सत श्री अकाल भरा जी सत श्री अकाल महाराज सत श्री अकाल जी की हाल चाल भरा दे बस वधिया वधिया भरा लभदा नहीं पर अहीं लभ लिया वा एवें मानदा मेरा भरा वा छोटा भरा दसो अज की चलन डया काम कोई नवी अपडेट आने वाली आ ਨਵੀਂ ਅਪਡੇਟ ਕਾਦੀ ਬਾਡਾ ਹੈ ਮਾੜਾ ਮੋਟਾ ਜਿੰਨਾ ਕਿ ਥੋੜਾ ਬਹੁਤਾ ਹੁੰਦਾ ਨਹੀਂ ਨਹੀਂ ਮਾੜਾ ਮੋਟਾ ਕਿਉਂ ਭਰਾ ਸਾਡੇ ਤੇ ਜਾਣ ਪਾਉਂਦੇ ਰਹੇ ਜਦੋਂ ਅਸੀਂ ਦਿੱਲੀ ਜਾਂਦੇ ਰਹੇ ਹਨਾ ਉਦੋਂ ਸਾਡੇ ਭਰਾ ਟ੍ਰੈਕਟਰਾਂ ਦੀ ਫ੍ਰੀ ਸੇਵਾ ਕਰਦੇ ਰਹੇ ਸਾਡੇ ਟ੍ਰੈਕਟਰ ਜਿੰਨੇ ਨੁਕਸਾਨ ਹੋਏ ਟ੍ਰੈਕਟਰਾਂ ਦੇ ਫ੍ਰੀ ਬੰਦੇ ਨੇ ਸੇਵਾ ਕੀਤੀ ਸੀ ਤੇ ਕੀਤੀ ਮਹਾਰਾਜ ਨੇ ਭਾਈ ਭਰਾ ਸਾਨੂੰ ਮਾਣ ਹੈ ਆ ਬੰਦੇ ਦੇ ਉੱਤੇ ਬਹੁਤ ਇਹ ਜੱਗੇ ਭਰਾ ਦੇ ਉੱਤੇ ਇੰਨਾ ਕੁ ਮਾਣ ਹੈ ਬਹੁਤ ਜ਼ਿਆਦਾ ਮਾਣ ਹੈ ਜਦੋਂ ਅਸੀਂ ਦਿੱਲੀ ਜਾਂਦੇ ਸਾਡੇ ਟ੍ਰੈਕਟਰਾਂ ਦੀ ਸੈਟਿੰਗ ਵੀ ਇਦਾਂ ਦੀ ਕਰਦਾ ਤੇਲ ਵੀ ਘੱਟ ਖਾਂਦੇ ਰਹੇ ਸੀ ਮਤਲਬ ਇਹ ਵੀ ਗੱਲ ਨਾਲ ਆ ਤੇ ਸਾਨੂੰ ਮਾਣ ਹੈ ਮਤਲਬ ਮੈਂ ਬਹੁਤ ਛੋਟਾ ਨਾ ਇਹਨਾਂ ਕੋਲ ਕੰਮ ਕਰਾਉਂਦਾ ਰਿਹਾ ਟ੍ਰੈਕਟਰਾਂ ਦੇ ਬਹੁਤ ਵਧੀਆ ਕਰਦਾ ਯਾਰ ਬੰਦਾ ਨਾਲੇ ਆਪਣੇ ਭਰਾ ਦਾ ਚੈਨਲ ਆ ਕੀ ਨਾਮ ਆ ਆਪਣਾ ਦਿਓਲ ਬਾਈ ਬਾਈ ਫਾਰਮ ਦਿਓਲ ਬਾਈ ਬਾਈ ਫਾਰਮ ਆ ਭਰਾ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ YouTube ਚੈਨਲ ਤੇ ਆਪਣੀਆਂ ਵੀਡੀਓ ਵੇਖਣ ਨੂੰ ਉਸ ਚੈਨਲ ਤੇ ਵੀ ਤੁਹਾਨੂੰ ਮਿਲਣਗੀਆਂ ਤੁਹਾਨੂੰ ਭਾਜੀ ਇਸ ਚੈਨਲ ਦੇ ਉੱਤੇ ਵੀਡੀਓ ਵੀ ਵੇਖਣ ਨੂੰ ਮਿਲਿਆ ਕਰਨਗੀਆਂ ਇਹਨਾਂ ਦੀਆਂ ਤੇ ਨਵੀਂ ਨਵੀਂ ਅਪਡੇਟ ਲੈ ਕੇ ਆਇਆ ਕਰਾਂਗੇ ਆਪਾਂ ਤੇ ਹੋਰ ਭਰਾ ਆਪਾਂ ਕਿਸਾਨਾਂ ਨੂੰ ਕੁਝ ਕਹਿਣਾ ਚਾਹੁੰਦੇ ਜੇ ਕਿਸਾਨਾਂ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਟਰੈਕਟਰਾਂ ਬਾਰੇ ਪੁੱਛਦੇ ਵੀ ਕਿਹੜਾ ਬੈਸਟ ਆ ਸਾਰੇ ਟਰੈਕਟਰ ਬੈਸਟ ਵਾ ਔਰ ਸਾਰੇ ਟਰੈਕਟਰ ਵਧੀਆ ਵਾ ਤੇ ਸਾਰਿਆਂ 'ਚ ਬਹੁਤ ਫੀਚਰ ਆ ਤੇ ਆਪਾਂ ਇਕੱਲੇ ਇਕੱਲੇ ਟਰੈਕਟਰ ਦੀ ਵੀਡੀਓ ਪਾਵਾਂਗੇ ਕਿਹਦੇ 'ਚ ਕਿਹੜਾ ਕਿਹੜਾ ਫੀਚਰ ਦੱਸਿਆ ਜਾਊਗਾ ਆਪਾਂ ਦੋਵਾਂ ਟਰੈਕਟਰਾਂ ਦੀ ਵੀਡੀਓ ਪਾਈ ਅੱਗੇ ਜੌਂਡੀਅਰ ਦੀ ਨਿਊ ਐਲੈਂਡ ਦੀ ਹੁਣ ਵੀਡੀਓ ਪਾਵਾਂਗੇ ਨੋਵੋ ਦੀ ਫਿਰ ਪਾਵਾਂਗੇ ਫਾਰਮ ਟਰੈਕ ਦੀ ਫਿਰ ਅਰਜਨ ਸਿੰਪਲ ਦੀ ਪਾਵਾਂਗੇ ਪਰ ਅੱਜ ਨਿਊ ਐਲੈਂਡ ਦੇ ਵਿੱਚ ਇੱਕ ਬਹੁਤ ਵਧੀਆ ਫੀਚਰ ਆ ਲਿਫਟ ਦੇ ਵਿੱਚ ਉਹਦੀ ਵੀਡੀਓ ਪਾਈ ਜਾਵੇਗੀ ਓਕੇ ਓਕੇ ਆ ਵੇਖੋ ਸਾਰੇ ਇਹਨਾਂ ਦਾ ਮਤਲਬ ਸ਼ਡਿਊਲ ਬੜਾ ਬਿਜੀ ਆ ਕਈ ਕਹਿੰਦੇ ਫੋਨ ਨਹੀਂ ਚੁੱਕਦੇ ਜਾਂ ਫੋਨ ਨੰਬਰ ਮਿਲਦਾ ਨਹੀਂ ਆ ਮਤਲਬ ਬੰਦੇ ਇਦਾਂ ਖਲੋ ਕੇ ਲੱਗੇ ਕੰਮ ਕਰਾ ਜਣ ਤੇ ਭਾਜੀ ਤੁਸੀਂ ਕਿੱਥੋਂ ਆਏ ਜੇ ਪੱਟੀਵਾਲ ਤੋਂ ਆਏ ਆ ਭਾਜੀ ਮਤਲਬ ਦੁਨੀਆ ਦੂਰ ਦੂਰ ਤੋਂ ਵੀ ਆਉਂਦੀ ਆ ਲਾਗੇ ਤੋਂ ਵੀ ਆਉਂਦੀ ਆ ਪਰ ਇਹਨਾਂ ਕੋਲ ਕੰਮ ਬੜਾ ਬਿਜੀ ਇਹਨਾਂ ਦਾ ਜ਼ਿਆਦਾ ਹੁਣ ਟਰੈਕਟਰ ਕਾਫੀ ਖੁੱਲੇ ਪਏ ਇਹਨਾਂ ਦੇ ਇੱਥੇ ਤੇ ਤੁਹਾਨੂੰ ਇੱਥੇ ਆਪ ਮਿਲ ਕੇ ਹੀ ਕੰਮ ਕਰਾਉਣਾ ਪੈਂਦਾ ਵਾ ਕਿ ਮਤਲਬ ਬਿਜੀ ਜ਼ਿਆਦਾ ਕੰਮ ਚੱਲਦਾ ਵਾ ਫਿਰ ਇਹਨਾਂ ਨੇ ਦੇਖਣਾ ਹੁੰਦਾ ਵਾ ਕੋਈ ਆਪਣੇ ਕੋਲ ਟਾਈਮ ਆ ਤੇ ਫਿਰ ਬੰਦੇ ਦਾ ਕੰਮ ਫੜਦੇ ਆ ਨਹੀਂ ਤੇ ਨਹੀਂ ਫੜਦੇ ਜਾਂ ਕੋ ਟਾਈਮ ਲੈਂਦੇ ਆ ਤੇ ਬਹੁਤ ਸੋਹਣਾ ਵੀਰ ਮੇਰੇ ਦਾ ਕੰਮ ਆ ਆ ਗੈਰ ਜੀ ਇਹਨਾਂ ਦੀ ਇੱਧਰ ਸਪੇਅਰ ਪਾਰਟ ਦਾ ਸਮਾਨ ਸਮੂਨ ਵਗੈਰਾ ਰੱਖਿਆ ਹੁੰਦਾ ਇਹਨਾਂ ਨੇ ਤੇ ਮਸ਼ੀਨਾਂ ਵਗੈਰਾ ਵੀ ਰੱਖੀਆਂ ਖੋਲਣ ਖਾਲਣ ਨੂੰ ਤੇ ਵੀਰ ਮੇਰਾ ਜਿੰਨੇ ਵੀ ਕੰਮ ਕਰਾਉਣਾ ਹੁੰਦਾ ਇੱਥੇ ਆਪ ਆਣ ਕੇ ਵਿਜ਼ਿਟ ਕਰਿਆ ਕਰੋ ਕਿਉਂਕਿ ਫੋਨ ਆਸਤੀ ਇਹਨਾਂ ਕੋਲ ਟਾਈਮ ਬਹੁਤ ਘੱਟ ਹੁੰਦਾ ਵਾ ਵੀ ਸਾਰੇ ਕਿਸਾਨ ਲੱਗ ਕੇ ਖੜੇ ਹੁੰਦੇ ਆ ਤੇ ਕੰਮ ਕਰਾਉਂਦੇ ਵੀ ਸਾਡਾ ਜਲਦ ਤੋਂ ਜਲਦ ਕੰਮ ਹੋ ਜਾਏ ਤੇ ਆਹ ਮੇਰੇ ਭਰਾ ਨੇ ਜਿਹੜਾ ਜੌਂਡੀ ਵਾਲਾ ਤਿਆਰ ਕੀਤਾ ਸੀ ਤੁਸੀਂ ਇਹਨੂੰ ਯੂਟਿਊਬ ਤੇ ਦੇਖਿਆ 2021 ਟਰੈਕਟਰ ਆ ਇਹਦੀ ਮੋਡੀਫਿਕੇਸ਼ਨ ਹੋ ਚੁੱਕੀ ਸਿਰ ਖੇਤ ਗਿੱਲੇ ਹੋਣ ਕਰਕੇ ਇਹਦੀ ਵੀਡੀਓ ਨਹੀਂ ਪਈ ਅਜੇ ਆਪਾਂ ਛੋਟੇ ਛੋਟੇ ਕਲਿੱਪ ਦੋ ਬਣਾਏ ਆਪਾਂ ਰੀਲ ਆਪਣੇ ਰੀਲ ਦੇ ਉੱਤੇ ਪਾਈ ਇੰਸਟਾਗ੍ਰਾਮ ਦੀ ਤੇ ਇਹਦੀ ਟਰਬੋ ਜਿਹੜੀ ਆ ਉਤਾਰ ਦਿੱਤੀ ਗਈ ਏਜੰਸੀ ਵਾਲੀ ਪੰਪ ਦੇ ਵਿੱਚ ਪ੍ਰੋਬਲਮ ਜਿਹੜੀ ਉਹ ਕੱਟਤੀ ਆ ਮੋਡੀਫਿਕੇਸ਼ਨ ਦੇ ਦਿੱਤੀ ਆ ਤੇ ਮੋਡੀਫਿਕੇਸ਼ਨ ਦੇ ਕੋਈ ਜ਼ਿਆਦਾ ਪੈਸੇ ਨਹੀਂ ਲੱਗਦੇ ਜਿਹਨੂੰ ਆਪਾਂ ਕਹਿ ਦਿੰਦੇ ਵੀ 20,000 25,000 15,000 ਇੰਨੇ ਪੈਸੇ ਨਹੀਂ ਲੱਗਦੇ ਬਹੁਤ ਥੋੜੇ ਪੈਸੇ ਦੀ ਮੋਡੀਫਿਕੇਸ਼ਨ ਹੁੰਦੀ ਟਰੈਕਟਰ ਮਤਲਬ ਕਹਿ ਸਕਦੇ ਆ ਕਿ 10,000 ਦੇ ਅੰਡਰ ਜਾਂ 10,000 ਦੇ ਏੜਗੜ ਪੰਪ ਦੀ ਫੁੱਲ ਮੋਡੀਫਿਕੇਸ਼ਨ ਹੋ ਜਾਂਦੀ ਹੈ ਠੀਕ ਆ ਉਹਦੇ ਨਾਲ ਤੁਹਾਡੀ ਪਾਵਰ ਵੱਧ ਜਾਏਗੀ ਜਿਹੜਾ ਕੋਈ ਮਾਰਦਾ ਹੋਰ ਜਗ੍ਹਾ ਟਰੈਕਟਰ ਜਾਊਗੀ
तेल दी भाजी खपते दी घट दी है। तेल भाजी घटेगी जो ट्रैक्टर तो धुआं मारन वर्गा स्मोक मारन वर्गा आरपीएम ड्रॉप करन वर्गा कोई भी ट्रैक्टर ओदा डीजल खर्चा घटेगा। बिल्कुल सही गल है भाजी। आप जो दिल्ली खड़िया से मेरे को जाऊँडिया तरविंदा दस थी इन्होंने को सैटिंग करवा के खड़िया मतलब बहुत ही ज्यादा एवरेज हों ट्रैक्टर अपना तो भरा साढ़े का बहुत वधिया काम है तो मतलब इतने विजिट करो तो ट्रैक्टर का किसी प्रकार का कोई भी नुकस आ ये मतलब तुम एन तसली बख्श कड़ के दूगा तो बाकी आ भरा का काम एक नंबर पर है सारा मतलब इन्हों का आ गैर जी इन्हों की इन्होंने भरा के घर भी ट्रैक्टर खड़े आ किसानों के क्योंकि ग्राम के इतने लाउन का मतलब थान नहीं है मतलब इन्होंने डके हुए आ अर्जन की भी टर्बो लगी काम इन्हों का भरा मेरिया का एक नंबर से आ मतलब कोई ये शक नहीं है तसली करा के फिर किसान ट्रैक्टर टेक ओवर करते बहुत वधिया काम करते बंदे दिल्ली गए सर आप सारा काम इन्होंने ट्रैक्टर ना फ्री करके देंगे जो दिल्लियों ट्रैक्टर कई आए ही कई नुकसान हो गया सारा इन्होंने आप फ्री करके दिता वा साढ़े समझ लो कि गुरदासपुर के शान रहा है बंदा तो संघर्ष कमेटी न जुड़िया हो बंदा है मतलब पंजाब संघर्ष कमेटी ना जुड़िया हुआ वा बंदा तो बड़ी हेल्प भी बहुत करता है तो काम भी इन्हों का बहुत वधिया वा तो सारे भरा इतने आन के जरूर विजिट करो जरूर काम कराओ इन्हों को तसली बख्श काम करके देंगे। ओके भरा जी सत श्री अकाल।